ਭਾਅ ਜੀ ਸਾਰਿਆਂ ਨੂੰ, ਮੇਰਾ ਨਾਂ ਹਰਸ਼ਪਾਲ ਬਾਜਵਾ ਅਤੇ ਮੈਂ ਪਠਾਨਕੋਟ ਤੋਂ ਬਿਲੋਂਗ ਕਰਦਾ ਹਾਂ ਅਤੇ ਅੱਜ ਮੈਂ ਤੁਹਾਨੂੰ ਆਪਣੀ ਸਕਸੈਸ ਸਟੋਰੀ ਸ਼ੇਅਰ ਕਰਨ ਜਾ ਰਿਹਾ ਹਾਂ ਕੈਨੇਡਾ ਸਟੱਡੀ ਵੀਜ਼ਾ ਦੀ, ਜਿਹਦੀ ਸ਼ੁਰੂਆਤ ਮੇਰੀ 2021 'ਚ ਹੋਈ ਸੀਗੀ ਜਦੋਂ ਮੈਂ ਆਪਣੀ 12th ਪਾਸ ਆਊਟ ਕੀਤੀ 78% ਨਾਲ, ਜਿਹਦੇ ਬਾਅਦ ਮੈਂ ਆਈਲਸ ਕੀਤੀ ਸੀਗੀ ਜਿਹ 'ਚ ਮੇਰੇ 7.5 ਪੁਆਇੰਟਸ ਆਏ ਸੀਗੇ, ਅਤੇ ਉਸ ਤੋਂ ਬਾਅਦ ਮੈਂ ਆਪਣੇ ਫਰੈਂਡ ਦੁਆਰਾ ਸੁਣਿਆ ਸੀਗਾ ਕਿ ਨੈਵੀਗੇਟਰ ਓਵਰਸੀਜ਼ ਜਿਹੜਾ ਹੈ ਬਹੁਤ ਹੈਲਪਫੁਲ ਸਟਾਫ ਹੈਗਾ ਹੈ ਇੱਥੇ, ਅਤੇ ਮੈਂ ਵਿਜ਼ਿਟ ਕੀਤਾ ਅਤੇ ਮੈਂ ਇਹਨਾਂ ਤੋਂ ਆਪਣੀ ਫਾਈਲ ਲਵਾਈ ਸੀਗੀ ਅਤੇ ਵਿਦ ਇਨ ਫਿਊ ਵੀਕਸ ਮੇਰੀ PPR ਆ ਗਈ ਸੀਗੀ ਅਤੇ ਅੱਜ ਮੈਂ ਆਪਣਾ ਵੀਜ਼ਾ ਇੱਥੋਂ ਲੈ ਜਾ ਰਿਹਾ ਹਾਂ। ਥੈਂਕ ਯੂ।